ਅੱਜ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ, ਉਦਮ ਦਿੱਤਾ ਮਹਾਰਾਜ ਨੇ। ਪਹਿਲਾਂ ਸ਼ਹੀਦਾਂ ਸਾਹਿਬ ਗੁਰਦੁਆਰਾ ਟਾਹਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ, 4:30 ਵਜੇ ਅਤੇ ਮੁੜ ਕੇ ਪਾਵਨ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ। ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪੱਟੀ ਹਲਕੇ ਦੀਆਂ, 113 ਪੰਚਾਇਤਾਂ, ਉਹ ਤਾਂ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ। ਅਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨਾ ਹੈ ਕਿ ਸੁੱਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਅਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਣੀਆਂ, ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ। ਅਤੇ ਮਹਾਰਾਜ ਕਿਰਪਾ ਕਰੇ, ਬਿਨਾਂ ਕਿਸੇ ਕਲੇਸ਼ ਤੋਂ, ਬਿਨਾਂ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁਣੀਆਂ ਜਾਣ। ਅਤੇ ਮਹਾਰਾਜ ਕਿਰਪਾ ਕਰੂ, 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣਨਗੀਆਂ। ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ। ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਅਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ, ਉਹ ਮੈਟਰ ਵੱਖਰਾ। ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ, ਕੋਈ MLA ਬਣ ਜਾਂਦਾ, ਮੰਤਰੀ ਮੁੱਖ ਮੰਤਰੀ ਬਣ ਜਾਂਦਾ, ਉਹ ਸਾਰੇ ਇਲਾਕੇ ਦਾ, ਸਾਰੇ ਸਟੇਟ ਦਾ, ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ। ਉਸੇ ਤਰ੍ਹਾਂ ਹੀ ਜੋ ਸਰਪੰਚ ਬਣ ਜਾਂਦਾ, ਲੋਕ ਸਰਪੰਚ ਹੁੰਦੇ ਆ, ਅਤੇ ਉਹ ਸਾਰਿਆਂ ਦਾ ਸਾਂਝਾ ਹੋ ਜਾਂਦਾ ਬਿਨਾਂ ਕਿਸੇ ਪੋਲੀਟਿਕਸ ਤੋਂ। ਜਿਹੜੇ ਸਾਡੇ ਭੈਣ ਭਰਾ ਆਉਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ, ਇਹ ਨਹੀਂ ਵੀ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਤਾਂ ਕੋਈ ਕੰਮ ਡੱਕਿਆ ਜਾਊ। ਪਰਮਾਤਮਾ ਕਿਰਪਾ ਕਰੇ, ਨਵੀਆਂ ਪੰਚਾਇਤਾਂ ਬਣਨ ਅਤੇ ਪਿੰਡਾਂ ਦਾ ਵਿਕਾਸ ਹੋਵੇ, ਚੜ੍ਹਦੀਆਂ ਕਲਾ ਹੋਣ। ਬਿਲਕੁਲ, ਕੁਝ ਉਹਨਾਂ ਦੀ ਤਬੀਅਤ ਖਰਾਬ ਆ ਅਤੇ ਜਲਦੀ ਉਹ ਠੀਕ ਹੋਣਗੇ, ਪਰਮਾਤਮਾ ਕਿਰਪਾ ਕਰੇ। ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਅਤੇ ਲੋਕਾਂ ਦੇ ਰੂਬਰੂ ਹੋਣ। ਅੱਜ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ, ਉਦਮ ਦਿੱਤਾ ਮਹਾਰਾਜ ਨੇ। ਪਹਿਲਾਂ ਸ਼ਹੀਦਾਂ ਸਾਹਿਬ ਗੁਰਦੁਆਰਾ ਟਾਹਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ, 4:30 ਵਜੇ ਅਤੇ ਮੁੜ ਕੇ ਪਾਵਨ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ। ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪੱਟੀ ਹਲਕੇ ਦੀਆਂ, 113 ਪੰਚਾਇਤਾਂ, ਉਹ ਤਾਂ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ। ਅਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨਾ ਹੈ ਕਿ ਸੁੱਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਅਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁਣੀਆਂ ਜਾਣੀਆਂ, ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ। ਅਤੇ ਮਹਾਰਾਜ ਕਿਰਪਾ ਕਰੇ, ਬਿਨਾਂ ਕਿਸੇ ਕਲੇਸ਼ ਤੋਂ, ਬਿਨਾਂ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁਣੀਆਂ ਜਾਣ। ਅਤੇ ਮਹਾਰਾਜ ਕਿਰਪਾ ਕਰੂ, 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣਨਗੀਆਂ। ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ। ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਅਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ, ਉਹ ਮੈਟਰ ਵੱਖਰਾ। ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ, ਕੋਈ MLA ਬਣ ਜਾਂਦਾ, ਮੰਤਰੀ ਮੁੱਖ ਮੰਤਰੀ ਬਣ ਜਾਂਦਾ, ਉਹ ਸਾਰੇ ਇਲਾਕੇ ਦਾ, ਸਾਰੇ ਸਟੇਟ ਦਾ, ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ। ਉਸੇ ਤਰ੍ਹਾਂ ਹੀ ਜੋ ਸਰਪੰਚ ਬਣ ਜਾਂਦਾ, ਲੋਕ ਸਰਪੰਚ ਹੁੰਦੇ ਆ, ਅਤੇ ਉਹ ਸਾਰਿਆਂ ਦਾ ਸਾਂਝਾ ਹੋ ਜਾਂਦਾ ਬਿਨਾਂ ਕਿਸੇ ਪੋਲੀਟਿਕਸ ਤੋਂ। ਜਿਹੜੇ ਸਾਡੇ ਭੈਣ ਭਰਾ ਆਉਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ, ਇਹ ਨਹੀਂ ਵੀ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਤਾਂ ਕੋਈ ਕੰਮ ਡੱਕਿਆ ਜਾਊ। ਪਰਮਾਤਮਾ ਕਿਰਪਾ ਕਰੇ, ਨਵੀਆਂ ਪੰਚਾਇਤਾਂ ਬਣਨ ਅਤੇ ਪਿੰਡਾਂ ਦਾ ਵਿਕਾਸ ਹੋਵੇ, ਚੜ੍ਹਦੀਆਂ ਕਲਾ ਹੋਣ। ਬਿਲਕੁਲ, ਕੁਝ ਉਹਨਾਂ ਦੀ ਤਬੀਅਤ ਖਰਾਬ ਆ ਅਤੇ ਜਲਦੀ ਉਹ ਠੀਕ ਹੋਣਗੇ, ਪਰਮਾਤਮਾ ਕਿਰਪਾ ਕਰੇ। ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਅਤੇ ਲੋਕਾਂ ਦੇ ਰੂਬਰੂ ਹੋਣ।